अस्सलाम वालेकुम जी, सत श्री अकाल, प्रणाम दोस्तों। अज का ब्लॉग शुरू करते हैं। अज इन्होंने छत बीड़नी आ, अद्धी की बीड़ दिती सी ते अद्धी हुण बीड़न के आ गए आ। अपने बाजा साहब आ, वो बंदे कहिंदे सी नाम भी दस्या करो इन्हां दे नाम की आ। मैं तुहानूं नाम दस्सदा, बाजा जीरू डोगर। एक ओ उपर बैठा है, की ना बई काका, एक काका उही है जिहड़ा गाने गाँदा इंडिया वाला। मैं अगे पुछिया सी वी छत किन्ने फुट ते होनी चाहीदी, ते बहुत सारे दोस्त जिहड़े सानूं उन्होंने दस्सिया वी छत 11 फुट ते ठीक आ। बहुते ने 12 13 भी, थोड़े जणे ने कही सी, बहुते ने 11 दा कहा सी। ते फिर आपां 11 ते रखती है जी छत, 11 ते थले फिर सीलिंग कर लवांगे। ते बाकी अज साडे नाल जुड़े रहो, अज तुहानूं असीं बहुत सोहणी सोहणी चीज़ां दिखाउणियां जी। आ जी साडे यार हरदल अजीज़ जीरू मुजेवाली नाल तलक आ जी, 372। ਇੱਥੇ ਆਪਣਾ ਇਹ ਆਏ ਆ, ਹੈ ਤਿੰਨਾਂ ਮਹੀਨਿਆਂ ਤੋਂ ਇਹ ਕਹਿੰਦੇ ਗੁੰਮਸ਼ੁਦਾ ਆ, ਘਰ ਵਾਲਿਆਂ ਨੂੰ ਲੱਭਦੇ ਨਹੀਂ ਤੇ ਘਰ ਵਾਲੇ ਦਾ ਵਿਆਹ ਕਰਨਾ ਚਾਹੁੰਦੇ ਆ। ਇਹ ਉਹਨਾਂ ਨੂੰ ਪਤਾ ਲੱਗਾ ਜੀ ਵੀ ਵਿਆਹ ਦੇ ਡਰ ਦੇ ਘਰੋਂ ਨਿਕਲਿਆ ਆ, ਵੀ ਮੇਰਾ ਵਿਆਹ ਨਾ ਕਿਤੇ ਘਰ ਦੇ ਕਰ ਦੇਣ। ਇੱਦਾਂ ਹੀ ਆ ਬਿਲਕੁਲ ਜੀ ਮੈਂ ਉੱਥੇ ਕਰਾਉਣਾ ਨਹੀਂ ਚਾਹੁੰਦਾ। ਅੱਛਾ, ਆਹ ਹੁਣ ਗੱਡੀ ਅੱਜ ਆਪਣੀ ਗੱਡੀ ਤੇ ਆਇਆ ਜੀ ਜੀਰੂ। ਆਪਣੀ ਗੱਡੀ ਤੇ ਆਇਆ ਅੱਜ, ਆਪਣੀ ਗੱਡੀ ਤੇ ਆਇਆ ਜੀਰੂ ਦੀ ਗੱਡੀ ਮਾਸ਼ਾਅੱਲਾ ਸਾਫ ਆ। ਕਿਹੜੀ ਕੰਪਨੀ ਦੀ? ਸਰਾਬ ਦੀ? ਇਹ ਸਰਾਬ ਕੰਪਨੀ ਦੀ ਆ ਜੀ, ਜਿਹੜੀ ਅੱਜ ਕੱਲ ਮਿਲਦੀ ਨਹੀਂ ਹੈਗੀ। ਮਿਲਦੀ ਨਹੀਂ? ਅੱਛਾ, ਮਿਲਦੀਆਂ ਤੇ ਮਹਿੰਗੇ ਭਾਅ ਮਿਲਦੀ ਆ ਜੀ, ਮਹਿੰਗੇ ਭਾਅ ਮਿਲਦੀ। ਅੱਛਾ, ਆਪਾਂ ਪੁੱਛਣਾ ਵੀ ਆਪਣੇ ਸਾਡੇ ਵਾਲ ਤੇ ਇਹਨੂੰ ਕਹਿੰਦੇ ਬਾਲਟੀ, ਕਮੰਡਲ ਵੀ ਕਹਿ ਦਿੰਦੇ ਹੈ ਨਾ, ਕਮੰਡਲੀ ਆ, ਕਮੰਡਲੀ ਛੋਟੀ ਨੂੰ, ਕਮੰਡਲ ਵੱਡੇ ਨੂੰ, ਹੈ ਤੇ ਤੁਹਾਡੇ ਵਾਲ ਤੁਸੀਂ ਦੱਸਣਾ ਵੀ ਚੜ੍ਹਦੇ ਵਾਲੇ ਤੁਹਾਡੇ ਵਾਲੇ ਨੂੰ ਬਾਲਟੀ ਕਹਿੰਦੇ ਆ। ਤੇ ਆਪਣਾ ਹੋਰ ਕੀ ਕਹਿੰਦੇ ਆ, ਆਹ ਆਪਣਾ ਹੈਗਾ ਬਾਈ, ਅਸੀਂ ਕਹਿੰਦੇ ਆ ਬੱਠਲ, ਬੱਠਲ ਵੀ ਕਹਿ ਲੈਂਦੇ ਆ, ਬਾਟਾ ਵੀ ਕਹਿ ਲੈਂਦੇ ਆ, ਤਸਲਾ ਵੀ ਕਹਿ ਲੈਂਦੇ ਆ, ਕੜਾਈਆ ਵੀ ਕਹਿ ਲੈਂਦੇ ਆ, ਕੜਾਈ ਵੀ ਕਹਿ ਲੈਂਦੇ ਆ, ਹੋਰ ਕੀ ਕਹਿ ਲੈਂਦੇ ਆ, ਬਸ ਆਹ ਥੋੜਾ ਜਿਹਾ 5-7 ਜਵਾਨਾਂ। ਆਹ ਤੁਸੀਂ ਵੀ ਦੱਸਿਓ ਵੀ ਚੜ੍ਹਦੇ ਵਾਲੇ ਤੁਹਾਡੇ ਵਾਲੇ ਇਹਨੂੰ ਕੀ ਕੀ ਕਹਿੰਦੇ ਆ। ਤੇ ਬਾਕੀ ਅੱਜ ਦਾ ਵਲੌਗ ਜਿਹੜਾ ਬੜਾ ਸ਼ਾਨਦਾਰ ਹੋਣ ਵਾਲਾ, ਜੁੜੇ ਰਹੋ ਜੀ, ਬੜੀਆਂ ਬੜੀਆਂ ਤੁਹਾਨੂੰ ਜੀਰੋ ਨੇ ਗੱਲਾਂ ਸੁਣਾਉਣੀਆਂ। ਠੀਕ ਹੈ ਜੀ, ਕੰਮ ਵੀ ਨਾਲ ਹੀ ਸ਼ੁਰੂ ਕਰਨਾ। ਅਬਾਸ ਅਲੀ ਸਾਹਿਬ ਵੀ ਹਥਿਆਰ ਚੱਕੀ ਆਉਂਦੇ, ਮੂੰਹ ਲੁਕਾਉਂਦੇ ਆ, ਜੋੜੇ ਆ ਦੋਨੇ ਭਰਾ, ਇਹਨਾਂ ਦੀਆਂ ਸ਼ਕਲਾਂ ਬਹੁਤ ਮਿਲਦੀਆਂ ਆ, ਯਾਨੀ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਇਹ ਸ਼ਰਾਰਤ ਕੋਈ ਕਰਦਾ ਤੇ ਲਾਂਭਾ ਕਿਸੇ ਹੋਰ ਦਾ ਆ ਜਾਂਦਾ। ਇਹ ਸਾਡੇ ਜੀ ਮੰਨੇ ਪਰ ਮੰਨੇ ਮਾਨੀ ਕੰਬੋ, ਕੰਬੋ ਫੈਮਿਲੀ ਨਾਲ ਤਲਕ ਆ ਜੀ। ਇਹ ਵੀ ਅੱਜ ਪੈਪੂ ਪਾਣ ਕੇ, ਕਿਉਂ ਵੀ ਪੂਰੀ ਤਿਆਰੀ ਚ ਆਇਆ, ਪੂਰੀ ਤਿਆਰੀ, ਪੂਰੇ ਭਾਰ ਨਾਲ, ਪੂਰੇ ਭਾਰ ਨਾਲ ਆਇਆ। ਹੋਰ ਤੁਹਾਡਾ ਪਿਛਲਾ ਜ਼ਿਲ੍ਹਾ ਕਿਹੜਾ ਆ? ਪਿਛਲਾ ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਸਰੀਏ ਆ? ਹਾਂਜੀ। ਵਾਹ ਜੀ ਵਾਹ, ਇਹ ਅੰਮ੍ਰਿਤਸਰੀ ਕੰਬੋ ਬੈਠੇ ਜੀ ਸਾਡੇ ਪਿੰਡ 'ਚ, ਤੇ ਇਹ ਇਹਨਾਂ ਦੇ ਬਾਰੇ ਮਸ਼ਹੂਰ ਆ, ਦੱਸਦੇ ਜਾਂਦੇ ਜੀ। ਇਹਨਾਂ ਨੂੰ ਅਗਰ ਕੋਈ ਜਹਾਜ਼ ਦਾ ਫਾਰਮੂਲਾ ਵੀ ਦੇ ਦੇਵੇ, ਜਹਾਜ਼ ਵੀ ਤਿਆਰ ਕਰ ਦੇਣਗੇ। ਇੰਨੇ ਜ਼ਹੀਨ, ਇੰਨੇ ਸਿਆਣੇ ਔਰ ਇੰਨੇ ਕਾਰੀਗਰ ਬੰਦੇ ਆ, ਬਗੈਰ ਉਸਤਾਦੋਂ ਇਹ ਮੁਰਸ਼ਦ ਬਣੇ ਹੋਏ ਆ ਜੀ। ਤੇ ਆਹ ਸਮਾਨ ਪੂਰਾ ਕਰੋ ਯਾਰ, ਮੈਨੂੰ ਸਮਾਨ ਘੱਟ ਲੱਗਦਾ, ਖਰਚੀ ਆ ਪਈ ਆ। ਅੱਜ ਤਾਂ ਇੱਧਰ ਬਈ ਬਾਜੇ ਨੇ ਵੀ ਕਿਤੇ ਨਾਈ ਨੂੰ ਰੁਪਈਏ ਬਟਾਏ ਲੱਗਦੇ, ਤਾਜ਼ੇ ਤਾਜ਼ੇ ਦੇਖਣਾ ਕਿੱਦਾਂ ਫੌਜੀ ਕਟਿੰਗ ਕਰਾਈ ਆ, ਬਈ ਸੋਹਣਾ ਚੀਰ ਕੱਢਿਆ, ਸੋਹਣਾ ਚੀਰ ਕੱਢਿਆ ਆ, ਹੈ ਕੀ ਗੰਜੀ ਦਾ ਨਹਾਉਣਾ ਤੇ ਕੀ ਨਿਚੋੜਨਾ, ਠੇਕੇਦਾਰ ਦਾ ਤਾਂ ਪਤਾ ਹੀ ਨੀ ਲੱਗਦਾ ਵੀ ਵਾਲ ਕਟਾਏ। ਠੇਕੇਦਾਰ ਸਾਹਿਬ ਕਿਤੇ ਕੁਛ ਸਪੈਸ਼ਲ ਹੀ ਨਾਈ ਰੱਖਿਆ ਹੋਣਾ ਪੁਰਾਣੇ ਦੌਰ ਦਾ, ਜਿਹੜੇ ਇੱਦਾਂ ਦੇ ਸਟਾਈਲ ਦੇ ਵਾਲ ਕੱਟਦਾ, ਕਾਜ ਵਾਲੇ ਨਵੀਂ ਨਸਲ ਵੀ ਕੱਟ ਲੈਂਦੀ ਆ? ਇਹਦਾ ਜਵਾਬ ਨਹੀਂ ਜੀ ਇਹਦੇ ਕੋਈ ਵੀ ਹੈਗਾ। ਕਿਉਂ ਜੀ ਠੇਕੇਦਾਰ ਸਾਹਿਬ? ਜੀਰੂ ਨੇ ਨਾਈ ਦਿੱਤਾ, ਜੀਰੂ ਨੇ ਦਿੱਤਾ ਸੀ ਨਾਈ? ਉਹ ਪੁਰਾਣੇ ਨਾਈ ਹੁੰਦੇ, ਪੱਟ ਤੇ ਐ ਮਾਰ ਕੇ ਉਸ ਤਰ੍ਹਾਂ ਤਿੱਖਾ ਕਰਦੇ ਹੁੰਦੇ ਸੀ, ਉਹਨੂੰ ਮਾੜਾ ਜਿਹਾ ਕਿਸੇ ਨਾਈ ਨੇ ਕਹਿਣਾ ਯਾਰ ਲੱਗਦਾ ਆ ਵੀ। ਪਰ ਉਹ ਵੀਡੀਓ ਨਾ ਆਈ ਜਿਹੜੀ ਨਾਈ ਦੀ ਨੀਮੇ ਤੇ ਲਾਈ ਸੀ, ਕਿਹੜੀ ਅੜੀ ਨੀਮੇ ਦੀ ਵੀਡੀਓ ਤਾਂ ਨਾਈ ਦੀ ਲਾਈਆਂ? ਅੱਛਾ ਅੱਛਾ, ਉਹਨਾਂ ਨੂੰ ਕਹਿਣਾ ਤਿੱਖਾ ਕਰ ਲਾ, ਉਹਨਾਂ ਨੇ ਮਾਰਿਆ ਪੱਟ ਤੇ ਨਾ ਦੋ ਵਾਰੀ, ਇੱਕ ਇੱਧਰ ਨੂੰ ਇੱਕ ਵਾਰੀ ਇੱਧਰ ਨੂੰ ਮਾਰ ਕੇ, ਕਹਿਣਾ ਹੋ ਗਿਆ ਤਿੱਖਾ, ਧਾਰ ਬਣ ਗਈ। ਚਮੜੀ ਆ ਕਾਲੀ ਜੀ ਰੱਖੀ ਆ, ਪੁੱਛਣੀ ਆ ਅਸੀਂ ਇਹਨੂੰ ਕਹਿੰਦੇ ਆ ਸਰਿਆਲੀ, ਸਰਿਆਲੀ ਅੱਛਾ, ਤੇ ਕਹਿੰਦੇ ਆ ਕੋੜਕੀ, ਕੋੜਕੀ ਬਈ ਚੜ੍ਹਦੇ ਪੰਜਾਬ 'ਚ ਪੁੱਛੋ ਵੀ ਇਹਨੂੰ ਕੀ ਕਹਿੰਦੇ ਆ। ਚਾਹ ਆਇਆ ਇਹ ਤਾਂ, ਚਾਹ ਨਹੀਂ ਕਹਿੰਦੇ ਹੋਰ? ਅੱਛਾ, ਚਾਹ ਨੂੰ ਕੀ ਕਹਿੰਦੇ ਆ? ਸਰਿਆਲੀ, ਸਰਿਆਲੀ ਤੇ ਕੋੜਕੀ, ਕੋੜਕੀ, ਕਿਆ ਬਾਤ ਆ। ਆਏ ਬੜਾ ਕੁੰਜ ਕੇ ਬੈਠਾ ਚੋਰੀ ਖਲੀਲ ਅਹਿਮਦ ਰਮਦੇ ਸਾਹਿਬ। ਹਾਂਜੀ, ਕੱਬ ਮੂੰਹ ਲਾ ਲਾ, ਕਿੱਡਾ ਮੂੰਹ ਤੇਰਾ, ਬਣੀ ਜਾਣੀ ਆ ਜਿਹਨੂੰ ਸੁਣਾ ਕੋਈ ਗੱਲ ਯਾਰ। ਤੇਰੇ ਤਾਂ ਫੈਨ ਹੋ ਗਏ ਆ, ਚੰਨੀ ਬਾਈ ਤੇਰੇ ਫੈਨ ਹੋ ਗਏ ਆ, ਗੁਰਬਖਸ਼ ਸਿੰਘ ਤੇਰੇ ਫੈਨ ਹੋ ਗਏ ਆ। ਅੱਛਾ, ਬਹੁਤ ਸਾਰੇ ਦੋਸਤ ਸਾਨੂੰ ਪੁੱਛਦੇ ਆ ਵੀ ਆਪਣੇ ਆਪਣੇ ਜਿਹੜੇ ਇਹਨਾਂ ਦੇ ਨਾਂ ਆ ਜ਼ਰੂਰ ਦੱਸਿਆ ਕਰੋ, ਅਤੇ ਪਿੰਡ ਕਿਹੜੇ 'ਚੋਂ ਆ? ਇਹ ਪਿੰਡ ਜਨਾਬ ਬੁੱਝਿਆਂ ਵਾਲੀ ਸਾਡੇ ਲਾਗੇ ਪਿੰਡ ਆ, 372 ਉੱਥੋਂ ਆਉਂਦੇ ਆ। ਕਾਕਾ ਆ, ਜੀਰੂ ਆ, ਖਲੀਲ ਆ, ਡੋਗਰ ਆ ਅਤੇ ਬਾਜਾ ਆ।
ਠੇਕੇਦਾਰ ਵੀ ਸਾਡੇ ਪਿੰਡ ਠੇਕੇਦਾਰ ਵੀ ਜਾਣੀ ਕਿ ਉਸੇ ਪਿੰਡ ਦਾ ਆ ਇਕਬਾਲ ਸਾਹਿਬ ਮਿਰਜ਼ਾ ਇਕਬਾਲ ਸਾਹਿਬ ਐ ਆਵਾਜ਼ ਆ ਸ਼ਰਮਾਨ ਡਿਆ ਦੇਖੋ ਇਹ ਪਲੰਬਰ ਆ ਇਹ ਕਿੱਦਾਂ ਇੱਧਰ ਮੂੰਗਾਰਾ ਜੋੜੇ ਨਹੀਂ ਵੇ ਇਹਨੇ ਨਹੀਂ ਕਰਨਾ ਠੇਕੇਦਾਰ ਸਾਹਿਬ ਤੁਹਾਡੀ ਵੀਡੀਓ ਵੀ ਤੁਹਾਨੂੰ ਵੀ ਲੋਕ ਬਹੁਤ ਪਸੰਦ ਕਰਦੇ ਕਹਿੰਦੇ ਯਾਰ ਠੇਕੇਦਾਰ ਇਹ ਸਾਨੂੰ ਦੇ ਦਿਓ ਸਾਡੇ ਕੋਈ ਹੋਰ ਲੈ ਲਓ ਤੇ ਤਬਾਦਲਾ ਅਗਰ ਕਰਨਾ ਚਾਹੀਏ ਤਾਂ ਕਰ ਲਓਗੇ ਕਿ ਨਹੀਂ ਦੋ ਬੁੱਢੀਆਂ ਅੱਛਾ ਬੁੱਢੀਆਂ ਸੁਣੀਆਂ ਹੋ ਜਾਣੀਆਂ ਫਿਕਰ ਸਾਡਾ ਦੇ ਲਓ ਠੇਕੇਦਾਰ ਨੂੰ ਠੇਕੇਦਾਰ ਸਾਹਿਬ ਨੇ ਦੋ ਸ਼ਾਦੀਆਂ ਕੀਤੀਆਂ ਜੀ ਮਾਸ਼ਾਅੱਲਾ ਇੱਕ ਘਰਦਿਆਂ ਦੀ ਪਸੰਦ ਦੀ ਇੱਕ ਇਹਨਾਂ ਨੇ ਆਪਣੀ ਪਸੰਦ ਦੀ ਕੀਤੀ ਹੈ ਜੀ ਤੇ ਪੂਰੇ ਆ ਮਾਸ਼ਾਅੱਲਾ ਜੀ ਹੱਕ ਹਕੂਕ ਜਿਹੜੇ ਆ ਜਿਹੜੀ ਅਖਰਾਜਾਤ ਪੂਰੇ ਅੱਛੇ ਤਰੀਕੇ ਨਾਲ ਕਰ ਰਹੇ ਆ ਆਹ ਚੜ ਗਿਆ ਜਹਾਜ਼ ਉਧਰ ਟੈਲਾਂ ਵੀ ਖੁੱਡੇ ਖੁੱਡੇ ਮਾਰੇ ਨਾ ਉਹਨਾਂ ਨੇ ਇੱਧਰ ਆਪਣੀ ਮਿੱਟੀ ਪੈਂਦੀ ਆ ਔਰ ਮਿੱਟੀ ਪਾ ਲੈਂਦੇ ਚਾਹ ਪਾਣਾ ਸ਼ੁਰੂ ਕਰ ਦਿੱਤਾ ਜੀ ਚੋਰੀ ਨਜ਼ੀਰ ਕੜਾਹੀਆਂ ਫੜਾ ਰਿਹਾ ਉੱਪਰੋਂ ਉਹ ਡੋਗਰ ਜਿਹੜਾ ਚੱਕ ਕੇ ਅੱਗੇ ਕਿਲੇ ਨੂੰ ਫੜਾ ਰਿਹਾ ਆ ਤੇ ਇਹ ਚਾਹ ਹੀ ਕਹਿੰਦੇ ਤੁਸੀਂ ਵੀ ਚਾਹ ਹੀ ਕਹਿੰਦੇ ਅਸੀਂ ਤਾਂ ਚਾਹ ਕਹਿੰਦੇ ਹਾਂ ਤੇ ਚਾਹੇ ਦੇ ਨਾਲ ਫਿਰ ਜਲੇਬੀਆਂ ਜਿਹੜੀਆਂ ਨਾ ਉਹ ਮਿੱਠਾ ਮੂੰਹ ਕਰਨ ਲਈ ਜ਼ਰੂਰੀ ਹੁੰਦੀਆਂ ਜਦੋਂ ਸ਼ੁਰੂ ਕਰਦੇ ਹਾਂ ਨਹੀਂ ਤਾਂ ਛੱਤ ਨੂੰ ਮਸਲਾ ਬਣ ਜਾਂਦਾ ਜੀਰੂ ਹੈ ਨਾ ਤੇ ਛੱਤ ਕੀ ਕਹਿੰਦੀ ਆ ਛੱਤ ਚੋਣ ਲੱਗ ਪੈਂਦੀ ਫਿਰ ਲਾਗ ਲੈਣੇ ਭਾਵੇਂ ਜਾਂਦੀ ਰਹਿੰਦੀ ਇਹੋ ਜਿਹੇ ਲਾਗੀ ਨੀ ਹੈਗੇ ਹੈ ਢਾਲ ਗੁਆਂਢੀਆਂ ਕਰ ਦਿੰਦੇ ਸੁਣ ਲੋ ਜੀ ਡੋਗਰ ਦਾ ਇੱਕ ਨਵਾਂ ਬਿਆਨ ਆ ਗਿਆ ਡੋਗਰ ਦਾ ਫਰਮਾਨ ਆ ਵੀ ਜੇ ਨਾ ਹੋਏ ਤਾਂ ਫਿਰ ਢਾਲ ਜਿਹੜੀ ਨਾ ਗੁਆਂਢੀਆਂ ਨੂੰ ਕਰ ਦੇਣੀ ਆ ਤੇ ਫਿਰ ਇਹਦੇ ਵਿੱਚ ਸਾਨੂੰ ਤੇ ਫਾਇਦਾ ਹੀ ਆ ਵਾਸ਼ਰੂਮ ਆ ਜੀ ਇਹਦੀ ਵੀ ਛੱਤ ਆਏ ਹਾਏ ਹਾਏ ਪਾਤੀ ਆ ਉਹ ਪਰੇ ਡੇਹੜੀ ਆ ਬਾਕੀ ਹੌਲੀ ਹੌਲੀ ਤੁਹਾਨੂੰ ਸਾਰਾ ਕੁਝ ਇਹ ਚਾਹ ਪਾਉਂਦੇ ਆ ਜੀ ਚਾਹ ਮਿੱਟੀ ਜਿਹੜੀ ਨਾ ਹੁਣ ਉੱਪਰ ਪਾ ਕੇ ਛਾਪਰ ਪਾ ਕੇ ਚਾਹ ਪਾਇਆ ਇਹਨਾਂ ਨੇ ਉਹ ਕਿੱਦਾਂ ਡੋਗਰਾ ਬਹੁਤੀ ਤਾਂ ਨੀ ਗਰਮੀ ਲੱਗਦੀ ਆ ਜੀ ਆਹ ਨਾਲ ਦੇ ਘਰ ਮੁੰਡਾ ਕੰਮ ਕਰਦਾ ਹੈਗਾ ਇਹਨਾਂ ਦਾ ਹੀ ਆ ਇਹ ਉਹ ਬਾਜੇ ਦਾ ਭਰਾ ਆ ਆਬਦ ਇਹ ਕਾਲਾ ਸੂਟ ਅੱਜ ਕਿਹਦੀ ਫਰਮਾਇਸ਼ ਤੇ ਪਾ ਲਿਆ ਚੌਗਾ ਨੀ ਹੋਇਆ ਹਲੇ ਹੋ ਗਿਆ ਜੀ ਹਲੇ ਹਲੇ ਵਿਆਹ ਨੀ ਕਰਾਉਣਾ ਹੈ ਘਰ ਦੇ ਸੋਚਦੇ ਸੋਚੋ ਇਹਦਾ ਤੁਹਾਡਾ ਛੋਟਾ ਭਰਾ ਇਹਦਾ ਕੋਈ ਸੋਚ ਮੈਂ ਵੀ ਘਰ ਜਵਾਈ ਰਹਿਣਾ ਅੱਛਾ ਘਰ ਜਵਾਈ ਰਹਿਣਾ ਨਹੀਂ ਨਹੀਂ ਆਪਾਂ ਹਲੇ ਵਿਆਹ ਕਰਾ ਗਈ ਨਾ ਇੰਨਾ ਵਿਆਹ ਹੋਇਆ ਹੀ ਆ ਭੁਗਤਣ ਡੇ ਇਹ ਵੀ ਤਾਂ ਇਹਨਾਂ ਦੇ ਬਾਜੇ ਬੱਜੇ ਹੋਏ ਹੈ ਤੂੰ ਅਸੀਂ ਨੀ ਹਲੇ ਇਸ ਪੰਗੇ ਚ ਪੈਣਾ ਗੱਲ ਤਾਂ ਸਿਆਣੀ ਆ ਯਾਰ ਤੇਰੀ ਆ ਡੋਗਰ ਤੇਰਾ ਡੋਗਰ ਦਾ 6 ਸਾਲ ਨਿਆਣਾ ਹੈ ਕਿਤੇ ਹਾਂ ਹੋ ਗਏ ਆ ਪੰਜ ਬੱਚੇ ਆ ਜੀ ਮਾਸ਼ਾਅੱਲਾ ਅੱਛਾ ਤੇ ਪੰਜ ਬੱਚੇ ਆ ਹਾਂਜੀ ਠੀਕ ਆਣਿਆਂ ਦਾ ਨਿਕਲੇ ਹੋਣੇ ਆ ਨਹੀਂ ਮੇਰੇ ਤੋਂ ਹੈ ਸ਼ਾਦੀ ਜੀ ਹੈ ਮੇਰੇ ਸ਼ਾਦੀ ਹੋਈ ਹੈ ਜੀ ਨਾ ਨਾ ਝੂਠਦਾ ਬੋਲ ਨਹੀਂ ਹੋਈ ਹੈ ਜੀ ਵਾਕਈ ਸ਼ਾਦੀ ਹੋਈ ਹੈ ਜੀ ਪੰਜ ਨਿਆਣੇ ਆ ਇਹਦੇ ਓ ਯਾਰ ਇਹ ਕੱਲ ਦੀ ਭੂਤ ਨਹੀਂ ਇਹਦੇ ਪੰਜ ਨਿਆਣੇ ਕਿਦਾਂ ਆ ਗਏ ਵੇ ਦੇਖ ਲਓ ਜੀ ਹੈ ਵਾਹ ਆ ਤਾਂ ਬਈ ਨਵੀਂ ਗੱਲ ਹੀ ਸੁਣੀ ਆ ਹੈ ਉਹ ਸ਼ਰਮੀਲਾ ਕਾਂਡੀ ਦੇਖ ਲੈ ਮੂੰਹ ਮੋਰੇ ਕਰ ਲੈਂਦਾ ਲੁਕੋ ਲੈਂਦਾ ਹੱਦ ਹੋ ਗਈ ਆ ਅੱਛਾ ਪੰਜ ਵਾਕੇ ਨਿਆਣੇ ਇਹਦੇ ਹਾਂਜੀ ਉਹ ਤੇਰਾ ਭਲਾ ਓਏ ਬੂਟੀਏ ਜੀ ਅਸੀਂ ਤਾਂ ਸਮਝਦੇ ਸੀ ਵੀ ਤੂੰ ਹਲੇ ਕੱਲ ਦਾ ਨਿਆਣਾ ਯਾਰ ਵਾਹ ਜੀ ਵਾਹ ਕੀ ਬਾਤ ਆ ਕੀ ਆਂਡਿਆਂ ਤੇ ਬੈਠਾ ਸੀ ਹੈ ਚਾਹੇ ਤੇ ਫਿਰ ਜਲੇਬੀਆਂ ਮੰਗਾ ਲਈਆਂ ਤੇ ਮਾਸ਼ਾਅੱਲਾ ਹੁਣ ਫਿਰ ਜਲੇਬੀਆਂ ਦੇ ਉੱਪਰ ਆ ਦੇਖੋ ਜੀਰੂ ਆ ਪੂਰੀ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕਰੇਗਾ ਬੜੀਆਂ ਮਸ਼ਹੂਰ ਜਲੇਬੀਆਂ ਨਿੱਕੀਆਂ ਨਿੱਕੀਆਂ ਬਰੀਕ ਬਰੀਕ ਠੇਕੇਦਾਰ ਸਾਹਿਬ ਤੁਸੀਂ ਵੀ ਸ਼ੌਕ ਰੱਖਦੇ ਜਲੇਬੀ ਦਾ ਨਹੀਂ ਮਾੜਾ ਮੋਟਾ ਤਾਂ ਹੁਣ ਖਾਣੀ ਪੈਣੀ ਜਦੋਂ ਆਈ ਆ ਕਿਉਂ ਜੀਰੂ ਹਾਂਜੀ ਹਾਂਜੀ ਬਾਈ ਜੀ ਇਦਾਂ ਹੀ ਇਹਨਾਂ ਨੂੰ ਖਾਣੀ ਚਾਹੀਦੀ ਵੀ ਖਾਣੀ ਚਾਹੀਦੀ ਹੈ ਨਾ ਮਿੱਠੇ ਹੁਣ ਪੂਰਾ ਪੂਰਾ ਹਾਂਜੀ ਆ ਆਦਿਲ ਅਲਾਇਆ
फिर जनाब पूरा पूरा बड़ा ही लवेड़ जांदा आ कहिंदे पिंड च लवेड़ कहिंदे खलील लवेड़ तैनू शाम दा चाह दा सेशन फिर चल पिया जी अपने भाई हुणी रोड़ी कुटन वाले नवे ठेकेदार आ की नाम तेरा बस बस कहिंदे की आ बसो बसो उपर खड़िया बनेरा बन दिता जी। अच्छा तुम दस देने अज का काम इन्होंने की किया अज इन्होंने छत्ता बीड़िया छत्ता बीड़न तो बाद बनेरे बने उपर चाह पाया तो कल इन्होंने उपर डबल टायर लानी आके डबल टायर लाने तो बाद इन्होंने प्लस्तर शुरू कर लेना वो भी बुला के अभी तुम दिखावे जी साढ़े जुड़े रहो जी।